夜。इस तरह भुखड़ता उत्ते बैठे हुए ने ते चौक इंचार्ज नूं जलील कर रहा। एदा ही जलील मनीष सूद जी होंदे सी, उन्हां दी हत्या हो गई सी कि दोबारा मनीष सूद वांगो गनमैना नूं उकसा के चौकी इंचार्ज मानसा नूं मरवाना चाहुंदा है। अस्सलामु अलैकुम, सत श्री अकाल, नमस्ते। ਕੀ ਹਾਲ ਆ, ਕਿੱਦਾਂ ਸਾਰੇ ਵੀਰ? ਰਾਜੀ ਤਕੜੇ, ਖੁਸ਼ਬਾਸ਼, ਉਮੀਦ ਕਰਨਾ ਵਾਂ ਸਾਰੇ ਵੀਰ ਖੈਰ ਖਰੀਅਤ ਨਾਲ ਹੋਣਗੇ, ਖੁਸ਼ਬਾਸ਼ ਹੋਣਗੇ ਆਪਣੇ ਦੋਸਤਾਂ ਦੇ ਨਾਲ ਅਤੇ ਆਪਣੇ ਬੇਲੀ ਸੱਜਣਾਂ ਦੇ ਨਾਲ ਅਤੇ ਆਪਣੇ ਜਿਗਰੀ ਯਾਰਾਂ ਦੇ ਨਾਲ। ਇੱਦਾਂ ਹੀ ਹੱਸਦੇ ਅਤੇ ਵੱਸਦੇ ਰਹੋ ਮੇਰੇ ਸ਼ਹਿਜ਼ਾਦੇ ਵੀਰੋ। ਤਾਂ ਵੀਰੋ, ਅੱਜ ਦੀ ਵੀਡੀਓ ਦਾ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਵਾ, ਅੱਜ ਦੀ ਵੀਡੀਓ ਵਾ ਬੋਂਡੇ ਸ਼ਰਮਾ ਦੇ। ਆਹ ਦੇਖੋ ਇਹਦੀ ਸ਼ਕਲ ਦੇਖੋ, ਭੈਣ ਪਾੜ ਦੀ ਸਾਈਕਲ ਚੋਰ। ਇਹਨੂੰ ਜਿੱਦਨ ਦਾ ਜਗਤਾਰ ਸਿੰਘ ਹਵਾਰੇ ਨੇ ਥੱਪੜ ਮਾਰਿਆ ਨਾ ਪੱਬ ਚ ਆ ਕੇ ਕੰਨਾ ਮੁੱਢ, ਉਦਨ ਦੀ ਇਹਦੀ ਬੁੰਡ ਵੀ ਸੁੱਜੀ ਆ। ਹੁਣੇ ਉੱਠਣ ਬਹਿਣ ਤੋਂ ਹਵਾ ਯਾਰ ਆ, ਇਸ ਲਈ ਇਹਦਾ ਨਾਂ ਰੱਖਿਆ ਗਿਆ ਵਾ ਬੁੰਡ ਸ਼ਰਮਾ। ਨਿਸ਼ਾਂਤ ਸ਼ਰਮਾ ਨਹੀਂ, ਬੁੰਡ ਸ਼ਰਮਾ। ਅਤੇ ਉਸੇ ਪਿਓ ਦਾ ਇਹ ਜ਼ਿਕਰ ਵੀ ਕਰ ਰਿਹਾ ਵਾ ਆਪਣੀ ਵੀਡੀਓ ਦੇ ਵਿੱਚ, ਬਸ ਜਦੋਂ ਹਵਾਰੇ ਵਾਲਾ ਫੱਡਾ ਬਣਿਆ ਸੀ ਉਦਨ ਇਹਦਾ ਕੋਈ ਯਾਰ ਸੀਗਾ ਬੁੰਡ ਸ਼ਰਮਾ ਦਾ, ਇਹਦਾ ਵਕੀਲ ਸੀ ਜਾਂ ਜੋ ਵੀ ਸੀ ਇਹਦਾ ਚਮਚਾ ਸੀਗਾ। ਉਹਨੂੰ 17 ਗੋਲੀਆਂ ਮਾਰ ਕੇ ਉਹਦੇ ਹੀ ਗਨਮੈਨਾਂ ਨੇ ਉਹਨੂੰ ਨਰਕ ਵਿਸਾਲ ਕੀਤਾ ਸੀਗਾ। ਹੁਣ ਇਹ ਕਹਿੰਦਾ ਵਾ ਬਈ ਉਹੀ ਸੇਮ ਵਾਕਿਆ ਚੌਕੀ ਅਨਚਾਰ ਜਿਹੜਾ ਵਾ ਉਹ ਦੁਹਰਾਉਣਾ ਚਾਹੁੰਦਾ ਵਾ। ਮੇਰੇ ਵੱਡੇ ਵੀਰ ਮੰਡ ਨੂੰ ਵੀ ਗਨਮੈਨਾਂ ਤੋਂ ਮਰਵਾਉਣਾ ਚਾਹੁੰਦਾ ਵਾ। ਇਸ ਕਰਕੇ ਮੋਰੇ ਜਿਹੜੇ ਆ ਢਿੱਲੇ ਹੋਏ ਆ ਬਾਂਦਰਾਂ ਦੇ, ਅਤੇ ਕਰਨੇ ਆ ਗੱਲ ਪਹਿਲੇ ਜਰਾ ਬੁੰਡ ਸ਼ਰਮਾ ਦੀ ਵੀਡੀਓ ਦੇਖੋ, ਬਾਕੀ ਗੱਲਾਂ ਫਿਰ ਨਾਲੋ ਨਾਲ ਕਰਦੇ ਹਾਂ। ਉਹ 2016 ਦੀ ਇੱਕ ਘਟਨਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਘਟੀ ਸੀ, ਸਰਹੰਦ ਵਿੱਚ ਘਟੀ ਸੀ, ਉਹਨੂੰ ਦੁਹਰਾਉਣਾ ਚਾਹੁੰਦੇ ਨੇ। ਸਾਥੀਓ ਮੈਂ ਦੱਸਣਾ ਚਾਹੁੰਦਾ, ਮੇਰੇ ਨਾਲ ਜਗਤਾਰ ਸਿੰਘ ਹਵਾਰੇ ਦੇ ਉੱਪਰ ਕਹਿ ਕਰਨ ਦੇ ਕੇਸ ਵਿੱਚ ਮੇਰੇ ਕੇਸਵਾਰ ਸੀਗੇ ਮਨੀਸ਼ ਸੂਦ ਜੀ। 2016 ਦੇ ਵਿੱਚ ਉਹਨਾਂ ਦੇ ਗਨਮੈਨ ਨੇ ਉਹਨਾਂ ਨੂੰ ਸਰਕਾਰੀ ਅਸਲੇ ਤੋਂ 17 ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਹ ਸਾਲਿਆ ਸ਼ਹੀਦ ਨਹੀਂ ਸੀ ਹੋਇਆ, ਨਰਗ ਵਿਸਾਲ ਹੋਇਆ ਸੀ। ਸੇਮ ਇਹੀ ਘਟਨਾ ਮੇਰੇ ਵੱਡੇ ਭਾਈ ਗੁਰਸਿਮਰਤ ਸਿੰਘ ਮੰਡ ਦੇ ਨਾਲ ਹੋ ਰਹੀ ਹੈ। ਪਿਛਲੇ ਲਗਭਗ 2-2.5 ਮਹੀਨਿਆਂ ਤੋਂ ਤੁਹਾਡੇ ਤਥਾਗਤਿਤ ਅਫਸਰਾਂ ਨੇ ਉਹਨਾਂ ਨੂੰ ਨਜ਼ਰਬੰਦ ਕੀਤਾ ਹੈ ਘਰ ਦੇ ਵਿੱਚ। ਜੋ ਮੰਡ ਸਾਹਿਬ ਦਾ ਕਹਿਣਾ ਹੈ ਕਿ ਚੌਂਕੀ ਇੰਚਾਰਜ ਗੁਰਮੀਤ ਸਿੰਘ ਜੋ ਕਿ ਲਲਤਾ ਚੌਂਕੀ ਇੰਚਾਰਜ ਨੇ ਉਹਨਾਂ ਨੂੰ ਜਲੀਲ ਕਰਦੇ ਆ। ਉਹ ਬੰਦਾ ਪੁੱਛੇ ਬਈ ਸਾਲਿਓ, ਜੇ ਅਫਸਰ ਤੁਹਾਨੂੰ ਨਜ਼ਰਬੰਦ ਨਾ ਕਰਨ ਤੇ ਹੋਰ ਕਰਨ ਵੀ ਕੀ, ਜ਼ਬਾਨ ਤਾਂ ਤੁਹਾਡੀ ਬੰਦ ਹੁੰਦੀ ਨਹੀਂ ਹੈ। ਤੇ ਅਫਸਰ ਵੀ ਇਹ ਗੱਲ ਜਾਣਦੇ ਆ ਬਈ ਜ਼ਬਾਨ ਇਹਨਾਂ ਦੀ ਬੰਦ ਹੁੰਦੀ ਨਹੀਂ, ਜੇ ਇਹ ਬਾਹਰ ਨਿਕਲਣਗੇ ਤੇ ਇਹਨਾਂ ਦਾ ਕੋਈ ਮੋਰਾ ਬੰਦ ਕਰ ਦੇਗਾ, ਕਿਉਂਕਿ VIP ਦੌਰ ਚੱਲਦਾ ਵਾ। 25 ਕਿੱਲੇ ਪਿੱਛੇ ਖਲੋ ਕੇ ਅਗਲੇ ਸਿੱਧਾ ਬੁੰਡ ਦੇ ਵਿੱਚ ਪਿੱਤਲ ਭਰ ਦਿੰਦੇ ਆ, ਉੱਥੇ ਹੁਣ ਗਨਮੈਨ ਕੀ ਕਰਨਗੇ। ਇਸ ਵਾਸਤੇ ਸਾਨੂੰ ਤੁਹਾਨੂੰ ਕਹਿੰਦੇ ਆ ਬਈ ਘਰਾਂ ਦੇ ਵਿੱਚ ਹੀ ਰਹੋ,
ਤੁਸੀਂ ਬਾਹਰ ਨਿਕਲਣ ਦੇ ਕਾਬਲ ਨਹੀਂ ਕਿਉਂਕਿ ਜ਼ਬਾਨ ਤਾਂ ਤੁਹਾਡੀ ਬੰਦ ਹੁੰਦੀ ਨਹੀਂ। ਤਾਂ ਜੇ ਕੋਈ ਐਵੇਂ ਧੱਕੇ ਨਾਲ ਆ ਕੇ ਤੁਹਾਡਾ ਮੋਰਾ ਬੰਦ ਕਰ ਗਿਆ ਤਾਂ ਫਿਰ ਤੁਸੀਂ ਦੋਸ਼ ਦੇਣਾ ਬਈ ਗਨਮੈਨਾਂ ਨੇ ਕੁਝ ਨਹੀਂ ਕੀਤਾ। ਆਤੰਕਵਾਦੀਆਂ ਦੇ ਗਾਣੇ ਸੁਣਦੇ ਆ, ਉਹਨਾਂ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਸ਼ੱਕ ਹੈ ਕਿਸੇ ਵੀ ਟਾਈਮ ਉਹਨਾਂ ਨੂੰ ਤੇ ਉਹਨਾਂ ਦੇ ਪਿਤਾ ਜੀ ਨੂੰ ਉਹਨਾਂ ਦੇ ਪਰਿਵਾਰਕ ਜੀ ਨੂੰ ਮਾਰ ਸਕਦੇ ਨੇ ਗਨਮੈਨ। ਮੰਡਸਾਹਿਬ ਕਈ ਵਾਰ ਲਿਖਤੀ ਰੂਪ ਚ ਜਾਂ ਵੀਡੀਓ ਰਾਹੀਂ ਜਾਂ ਫੇਸਬੁੱਕ ਰਾਹੀਂ ਦੱਸ ਚੁੱਕੇ ਨੇ ਕਿ ਉਹਨਾਂ ਦੇ ਸੁਰੱਖਿਆ ਕਰਮੀ ਤੇ ਚੌਂਕੀ ਇੰਚਾਰਜ ਉਹਨਾਂ ਦੀ ਹੱਤਿਆ ਕਰਾਉਣਾ ਚਾਹੁੰਦਾ ਹੈ। ਉਹ ਜਾਣ ਬੁੱਝ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਤੁਸੀਂ ਪੂਰੇ ਦੇਸ਼ ਦਾ ਠੇਕਾ ਲਿਆ ਵਾ, ਹੈ ਤੁਸੀਂ ਰੱਖਿਆ ਕਰ ਰਹੇ ਹੋ ਭਾਰਤ ਮਾਤਾ ਦੀ, ਹੈ ਉਹ ਬਈ ਕਿਹੜੀ ਲੋੜ ਆ ਤੁਹਾਨੂੰ ਬੁੰਡ ਨਾਲ ਉਸਤਰੇ ਚੱਕਣ ਦੀ, ਹੈ ਆਪਣਾ ਧੰਦਾ ਕਰੋ ਚੁੱਪ ਕਰਕੇ। ਰੋਜ਼ ਆਏ ਦਿਨ ਤੁਸੀਂ ਕਿਸੇ ਨਾ ਕਿਸੇ ਦੇ ਪੈਪ ਨਾਲ ਲਟਕੇ ਹੁੰਦੇ ਹੋ, ਉੱਤੋਂ ਤੁਹਾਨੂੰ ਸਿਕਿਉਰਟੀਆਂ ਵੀ ਮਿਲੀਆਂ ਹੋਈਆਂ ਵਾ, ਹੈ ਹੁਣ ਤੁਸੀਂ ਕਹਿੰਦੇ ਹੋ ਬਈ ਇਹ ਜਿਹੜੇ ਗਨਮੈਨ ਆ ਤੁਹਾਨੂੰ ਇਹਨਾਂ ਤੋਂ ਵੀ ਖਤਰਾ ਵਾ, ਹੈ ਤਾਂ ਫਿਰ ਹੁਣ ਤੁਹਾਨੂੰ ਕੀ ਬੁਲਟ ਪਰੂਫ ਗੱਡੀਆਂ ਲੈ ਕੇ ਦਿੱਤੀਆਂ ਜਾਣ। ਉਹ ਵਿੱਚ ਲੜੀ ਦੇ ਆ, ਹੁਣ ਚੌਕੀ ਇੰਚਾਰਜ ਨੂੰ ਕੋਈ ਬੰਦਾ ਏਦਾਂ ਦਾ ਨਾਂ ਲੱਭੇ ਤਾਂ ਉਹ ਕਿੱਥੋਂ ਭੇਜੇ, ਹੈ ਹਰ ਬੰਦਾ ਤਾਂ ਸੰਤਾਂ ਦਾ ਫੈਨ ਆ। ਤੇ ਮੰਡ ਨੂੰ ਇਤਰਾਜ਼ ਆ ਜੇ ਕਿਸੇ ਦੀ ਬਾਈਕ ਦੇ ਉੱਤੇ ਫੋਟੋ ਵੀ ਲੱਗੀ ਹੋਵੇ ਸੰਤਾਂ ਦੀ ਤੇ ਮੰਡ ਦੀ ਹਵਾ ਟੈਟ ਹੋ ਜਾਂਦੀ, ਮੰਡ ਦੀ ਕੀ ਤੁਹਾਡੀ ਸਾਰੇ ਬਾਂਦਰਾਂ ਦੀ ਹਵਾ ਟੈਟ ਹੋ ਜਾਂਦੀ ਆ, ਹੈ ਤਾਂ ਜਿਹੜੇ ਬਾਹਰ ਫਿਰਦੇ ਆ ਉਹੀ ਤਾਂ ਪੁਲਿਸ ਦੇ ਵਿੱਚ ਵੀ ਆ, ਉਹੀ ਆਰਮੀ ਦੇ ਵਿੱਚ ਵੀ ਆ, ਉਹੀ ਹੈ ਨੇ ਨਾ, ਹੈ ਤਾਂ ਜੇ ਹੁਣ ਉਹ ਚੌਕੀ ਇੰਚਾਰਜ ਨੂੰ ਕੋਈ ਤੁਹਾਡੀ ਪਾਰਟੀ ਦਾ ਬੰਦਾ ਕੋਈ ਗਨਮੈਨ ਨਾ ਲੱਭੇ ਤਾਂ ਉਹ ਕਿੱਥੋਂ ਭੇਜੇ ਮੰਡ ਦੇ ਕੋਲ। ਇਹਨੂੰ ਤਾਂ ਇੱਦਾਂ ਲੱਗਦਾ ਬਈ ਜੇ ਇਹੋ ਕੰਮ ਰਿਹਾ ਨਾ ਹੁਣ ਆ ਕੌਮ ਜਾਗ ਰਹੀ, ਕੌਮ ਹੁਣ ਜਾਗ ਰਹੀ ਆ, ਜੇ ਇਹੋ ਕੰਮ ਰਿਹਾ ਤੇ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਗਨਮੈਨ ਵਾਪਸ ਕਰਨੇ ਆ ਤੇ ਉਹ ਵੀ ਆਪਣੀ ਪਾਰਟੀ ਨੂੰ। ਬੜੇ ਦੁੱਖ ਦੀ ਗੱਲ ਆ, ਮਨ ਸਾਹਿਬ ਇੱਕ ਸੀਨੀਅਰ ਸਿਟੀਜ਼ਨ ਨੇ ਅੱਜ ਇੰਨੀ ਠੰਡ ਦੇ ਵਿੱਚ ਦੂਜਾ ਦਿਨ ਹੋ ਗਿਆ ਆਪਣੇ ਘਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ, ਜਿਸਦਾ ਕੋਈ ਬਹੁਤ ਵੱਡਾ ਕਾਰਨ ਨਹੀਂ ਹੈ, ਸਿਰਫ ਇੱਕ ਚੌਂਕੀ ਇੰਚਾਰਜ ਜਿਹੜਾ ਕਿ ਉਹਨਾਂ ਦੇ ਘਰ ਨੂੰ ਬਾਹਰ ਨਹੀਂ ਨਿਕਲਣ ਦੇ ਰਿਹਾ। ਇਹ ਕੋਈ ਕਾਨੂੰਨ ਨਹੀਂ ਹੈ। ਉਹ ਸਾਲਿਆ ਤੇ ਅਸੀਂ ਉਹਨੂੰ ਕਿਹਾ ਬਈ ਬਾਹਰ ਠੰਡ ਦੇ ਵਿੱਚ ਬਹਿ ਤੂੰ ਆਪਣੇ ਘਰ ਦੇ ਬੂਹੇ ਅੱਗੇ ਜਿੱਦਾਂ ਕੁੱਤਾ ਬੰਨਿਆ ਹੁੰਦਾ ਵਾ, ਓਏ ਉਹਦੀਆਂ ਭੈਣ ਪਾੜ ਦੀਆਂ ਆਪਣੀਆਂ ਕੀਤੀਆਂ ਉਹਦੇ ਅੱਗੇ ਆ ਰਹੀਆਂ ਵਾ। ਜੇ ਹੁਣ ਉਹ ਸੁਪਨਿਆਂ ਦੇ ਵਿੱਚ ਵੀ ਡਰਦਾ ਰਾਤੀ ਉਹਨੂੰ ਨੀਂਦ ਨਹੀਂ ਆਉਂਦੀ ਤੇ ਉੱਥੇ ਅਸੀਂ ਕੀ ਕਰੀਏ, ਜਾਂ ਫਿਰ ਚੌਕੀ ਇੰਚਾਰਜ ਕੀ ਕਰੇ ਜਾਂ ਗਨਮੈਨ ਕੀ ਕਰਨ। ਬਈ ਸਿੱਧੀ ਗੱਲ ਆ, ਜਿੱਦਾਂ ਕਰਨੀ ਉੱਦਾਂ ਭਰਨੀ, ਤੁਸੀਂ ਜੋ ਮਰਜ਼ੀ ਕਰ ਲਓ। ਅੱਜ ਜਿੰਨੇ ਵੀ ਬਾਂਦਰ ਆ ਜਿਹੜੇ ਰੋਜ਼ ਆਏ ਦਿਨ ਜ਼ਹਿਰ ਘੋਲਦੇ ਆ, ਜੋ ਤੁਸੀਂ ਬੀਜ ਰਹੇ ਹੋ ਜਾਂ ਬੀਜਦੇ ਆ ਰਹੇ ਹੋ ਉਹ ਤੁਸੀਂ ਚਾਉਣਾ ਹੀ ਚਾਉਣਾ ਵਾ, ਭਾਵੇਂ ਅੱਜ ਚਾਹੋ ਭਾਵੇਂ ਕੱਲ੍ਹ ਚਾਹੋ। ਜਿੱਦਣ ਵੀ ਅੜੇਕੇ ਚੜ੍ਹ ਗਏ ਉੱਦਣ ਨਾ ਤਾਂ ਸਿਕਿਉਰਟੀਆਂ ਕੰਮ ਆਉਣੀਆਂ ਵਾ ਅਤੇ ਨਾ ਹੀ ਜੈਕਟਾਂ ਕੰਮ ਆਉਣੀਆਂ ਵਾ। ਸਿੱਧੀ ਗੱਲ ਆ, ਹੁਣ ਉਹ ਅਗਲੀਆਂ ਗੱਲਾਂ ਤੇ ਹੈ ਨਹੀਂ, ਕੰਮ ਆ ਬੜਾ ਭਖਿਆ, ਕੌਮ ਆ ਜਾਗੀ ਹੋਈ, ਹੈ ਤਾਂ ਇੰਚਾਰਜ ਨੂੰ ਵੀ ਇਹ ਗੱਲ ਪਤਾ ਵਾ ਬਈ ਜੇ ਬਾਂਦਰ ਬਾਹਰ ਨਿਕਲੇ ਤਾਂ ਇਹਨਾਂ ਦੀ ਪੂਛ ਚੋਂ ਫੜ ਕੇ ਕੋਈ ਛੱਟ ਹੀ ਨਾ ਦੇਵੇ ਇਹਨਾਂ ਨੂੰ। ਹਾਂ ਬਈ ਸ਼ਹਿਜ਼ਾਦਿਓ ਦੇਖੀ ਆ ਵੀਡੀਓ, ਉਹ ਸੁਣਿਆ ਜੇ ਗੱਲਾਂ ਫਿਰ ਬੁੰਡ ਸ਼ਰਮਾ ਦੀਆਂ। ਇਹ ਬਾਂਦਰ ਹੁਣ ਕਹਿੰਦੇ ਆ ਬਈ ਮੰਡ ਸਾਹਿਬ ਦੀ ਸਿਕਿਉਰਟੀ ਦਾ ਮਸਲਾ ਜਿਹੜਾ ਵਾ ਉਹ ਹੱਲ ਕੀਤਾ ਜਾਏ, ਮੰਡ ਨੂੰ ਖਤਰਾ ਵਾ ਆਪਣੇ ਗਨਮੈਨਾਂ ਤੋਂ। ਇੱਦਾਂ ਹੀ ਜਾਣੇ 28-30 ਸਾਲ ਪਹਿਲਾਂ ਜਦੋਂ ਹਵਾਰੇ ਦੇ ਨਾਲ ਫੱਡਾ ਬਣਿਆ ਸੀ ਇਹਦਾ ਬੁੰਡ ਸ਼ਰਮਾ ਦਾ, ਉਦੋਂ ਇਹਦਾ ਕੋਈ ਵਕੀਲ ਸੀਗਾ ਅਤੇ ਉਹਨੂੰ ਉਹਦੇ ਗਨਮੈਨਾਂ ਨੇ ਨਰਕ ਵਿਸਾਲ ਕੀਤਾ ਸੀ। ਇਹਨਾਂ ਨੂੰ ਹੁਣ ਉਹ ਚੇਤੇ ਆ ਰਿਹਾ ਵਾ, ਹੁਣ ਇਹ ਕਹਿੰਦੇ ਆ ਬਈ ਮੰਡ ਨੂੰ ਵੀ ਇੱਦਾਂ ਹੀ ਗਨਮੈਨ ਤੰਗ ਕਰ ਰਹੇ ਆ। ਬਈ ਸਿੱਧੀ ਗੱਲ ਆ, ਇਹਨਾਂ ਕੋਲੋਂ ਗਨਮੈਨ ਵੀ ਤੰਗ ਆ ਅਤੇ ਆਸ ਪਾਸ ਵਾਲੇ ਲੋਕ ਵੀ ਤੰਗ ਆ।
आस पास आले की सारे ही तंग आए इन्हां कोलों, क्योंकि रोज आए दे ने भैण पाड़ जहर ही घोलदे आ। हुण सीधी गल आ बई, मैनू तां आउण आले समय की भविष्यवाणी जिहड़ी उह नज़र आ रही आ बई, हुण इन्हां बांदरां दा जिहड़ा अंत आ उह निश्चिंत आ। तां जिहड़ी शुरुआत आ उह तां हो चुकी आ, की ख्याल आ? समझ तां गए हुणे। ओके वीरो, चाहुंदा वां इजाजत, अज दी वीडियो इन्नी आ, मिलदे आ किसी होर वीडियो दे विच, तां तक रब राखा, सारे वीरां नूं ढेर सारा प्यार, लव यू सारे वीरां नूं, जिउंदे वसदे रहो अपने जिगरी यारां दे नाल।